ਕਾਜ਼ੀ ਬੋਲਿਆ ਕਹਿੰਦਾ ਮੇਰੇ ਨਾਲ ਪੜ ਲੈਂਦੇ ਫਿਰ ਮਹਾਰਾਜ ਮਿੱਠਾ ਜਿਹਾ ਮੁਸਕਰਾ ਕੇ ਕਹਿੰਦੇ ਕਾਜ਼ੀ ਜੀ ਤੁਸੀਂ ਵੀ ਨਵਾਦ ਨਹੀਂ ਸੀ ਪੜਨਾ ਤੁਹਾਡੇ ਘਰ ਕੋੜੀ ਸੋਈ ਹੋਈ ਏ ਉਹਦੀ ਬਸ਼ੇਰੀ ਸੰਭਾਲ ਰਹੇ ਸੀ ਲਾਗੇ ਖੂਹ ਆ ਘਰ ਵਿੱਚ ਵੀ ਜੇ ਬੱਚਿਆਂ ਨੇ ਧਿਆਨ ਨਾ ਦਿੱਤਾ ਡਿੱਗ ਪੈਣੀ ਤੇ ਮਰ ਜੂਗੇ ਤੁਸੀਂ ਤਾਂ ਬਸ਼ੇਰੀ ਸੰਭਾਲਦੇ ਸੀ ਇਹਦੇ ਚ ਦੋ ਸਿੱਖਿਆਵਾਂ ਪਹਿਲੀ ਤਾਂ ਇਹ ਅਸੀਂ ਇਹ ਸਾਖੀ ਸੁਣ ਕੇ ਸਾਰੇ ਕਹਿੰਨੇ ਆਹਾ ਮਹਾਰਾਜ ਨੇ ਉਹਨਾਂ ਦਾ ਪਾਜ ਘੇੜਤਾ ਅੰਦਰ ਗੁਸਤਾਖੀ ਮaaf ਕਰਨਾ ਅਸੀਂ ਵੀ ਗੁਰਦੁਆਰੇ ਬੈਠ ਕੇ ਬਹੁਤੇ ਘੋੜੇ ਹੀ ਵੇਚਦੇ ਆ ਤੇ ਬਸ਼ੇਰੀਆਂ ਹੀ ਬਚਾਉਣੇ ਪਤਾ ਨਹੀਂ ਮਦਨੂ ਦੀ ਧਾਰ ਕੱਢੀ ਕੇ ਨਹੀਂ ਪਠੇ ਪਾਏ ਕਿ ਕਿਸੇ ਨਹੀਂ ਉਹ ਫੁਲਾਨੀ ਥਾਂ ਤੇ ਜਾਣਾ ਸੀ ਫੁਲਾਨਾ ਕੰਮ ਕਰਨਾ ਸੀ ਹੱਥ 'ਚ ਗੁਟਕਾ ਸਹਿਬ ਹੁੰਦਾ ਉਹ ਨਮਾਜ਼ ਦਾ ਕਰ ਰਹੀ ਸੀ ਨਾ ਅਸੀਂ ਗੁਟਕਾ ਸਾਹਿਬ ਹੱਥ 'ਚ ਹੁੰਦਾ ਨਿਤਨੇਮ ਕਰ ਰਹੇ ਹੁੰਦੇ ਨੇ ਨਿਤਨੇਮ ਕਰਦੇ ਆਂ ਹੀ ਦਵਾ-ਦਵ ਨਿਤਨੇਮ ਕਰੀ ਜਾ ਰਹੇ ਜਲਦੀ-ਜਲਦੀ ਤੇ ਨਾਲ-ਨਾਲ ਹੀ ਵਿਚਾਰ ਹੁੰਦੀ ਉਹ ਫੁਲਾਨਾ ਔਰ ਫੁਲਾਨਾ ਕੰਮ ਵੀ ਕਰਨਾ ਫੁਲਾਨਾ ਵੀ ਕਰਨਾ ਹਾਲਾਂਕਿ ਬੈਠੇ ਨਿਤਨੇਮ ਲਈ ਅਸੀਂ ਵੀ ਘੂੜੇ ਹੀ ਵੇਚ ਰਹੇ ਹੁੰਨੇ ਆ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਮੇਰੇ ਵਰਗਾ ਕਥਾ ਕਰਦੇ ਆ ਵੀ ਵੇਚੀ ਜਾਂਦਾ ਹੈ ਕੀਰਤਨ ਕਰਦੇ ਆ ਵੀ ਵੇਚੀ ਜਾਂਦਾ ਹੈ ਸੰਗਤ ਵਿੱਚ ਸਰੋਤਾ ਵੀ ਵੇਚੀ ਜਾਂਦਾ ਹੈ ਬਖਤਾ ਵੀ ਵੇਚੀ ਜਾਂਦਾ ਮਲੇ ਕੀ ਦੂਜਾ ਇਹਦਾ ਪੱਖ ਉਹ ਬਾਰੋਂ ਤਾਂ ਹੁਣ ਦਿਖਾਵਾ ਤਾਂ ਕਰ ਰਹੇ ਸੀ ਨਾ ਧਰਮ ਦੇ ਨਾਂ ਤੇ ਬਈ ਉਵੇਂ ਉੱਠਣਾ ਉਵੇਂ ਕੰਨ ਪકડਨੇ ਉਵੇਂ ਬੈਠਣਾ ਮਸਜਿਦ ਦੇ ਅੰਦਰ ਵੀ ਪਰ ਅੰਦਰ ਉਹ ਹੈ ਨਹੀਂ ਜਿੰਨੇ ਜਪਣਾ ਸੀ ਉਹ ਅੰਦਰ ਹੈ ਨਹੀਂ ਪਖੰਡ ਮਹਾਰਾਜ ਕਹਿੰਦੇ ਸਿੱਖਾ ਇਹ ਨਾ ਕਰੀ ਕਿ ਤੂੰ ਗੁਰਦੁਆਰੇ ਮੰਦਰ ਮਸਜਦ ਆਵੇਂ ਤੂੰ ਸਿਮਰਨ ਕਰੇ ਤੂੰ ਨਿਤਨੇਮ ਕਰੇ ਤੇ ਲੋਕਾਂ ਨੂੰ ਦਿਖਾਵਾ ਕਰੇ ਭੁਲੇਖਾ ਪਾਵੇਂ ਅੰਦਰੋਂ ਕੁਝ ਹੋਰ ਹੋਵੇ ਤੇ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਜਿਨ ਮੰਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ ਮੇਰੇ ਵਰਗਾ ਛਾਤੀ ਥਾਪੜ ਕੇ ਕਹਿੰਦਾ ਮੈਂ ਬੜਾ ਵੱਡਾ ਸੇਖਾਂ ਬੜਾ ਪੱਕਾ ਸੇਖਾਂ ਉਹ ਕੱਚਾ ਇਹ ਦੀ ਦਾ ਅੰਦਰ ਕੇ ਦੇ ਹੋਰ ਹੈ ਅੰਦਰ ਕੁਝ ਹੋਰ ਹੈ ਤੇ ਬਾਹਰੋਂ ਦਿਖਾਵਾ ਕਰਦਾ ਉਹ ਪਖੰਡੇ ਕਈ ਵੇਰ ਬਾਜ਼ਾਰ ਦੇ ਵਿੱਚ ਲੋਕ ਖਰੀਦੋ-ਖਰਾਦੀ ਕਰਨ ਜਾਂਦੇ ਨੇ ਤੇ ਸਿਆਣਾ ਮਨੁੱਖ ਬਾਜ਼ਾਰ ਦੇ ਵਿੱਚ ਬੈਠ ਕੇ ਅਰ ਗੁਰਬਾਣੀ ਪੜਦਾ ਰੱਬ ਨਾਲ ਜੁੜਿਆ ਦੁਕਾਨ ਤੇ ਬੈਠਾ ਉਹਨੇ ਦੁਕਾਨ ਨੂੰ ਹੀ ਭਗਵਾਨ ਦਾ ਘਰ ਬਣਾ ਦਿੱਤਾ ਹੈ ਗੁਸਤਾਖੀ ਮਾਫ ਮੇਰੇ ਵਰਗਾ ਦਰਬਾਰ ਵਿੱਚ ਬੈਠ ਕੇ ਬਾਜ਼ਾਰ ਬਣਾ ਦਿੰਦਾ ਇੱਥੇ ਖਰੀਦੋ ਖਰਾਦੀ ਵਪਾਰ ਦੀਆਂ ਵਿਚਾਰਾਂ ਅੰਦਰ ਚੱਲਦੀਆਂ ਆ ਇੰਨੇ ਦੀ ਚੀਜ਼ ਖਰੀਦੂ ਇੰਨੇ ਦੇ ਵਿੱਚੋਂ ਆ ਕਰੂ ਇੱਥੇ ਵਪਾਰੀ ਬਣਿਆ ਆ ਇਹਨੂੰ ਵਪਾਰਖਾਨਾ ਬਣਾ ਦਿੰਦਾ ਹੈ ਇਹ ਦਰਬਾਰ ਹੈ ਗੁਰੂ ਦਾ ਗੁਰੂ ਨਾਲ ਜੁੜ ਪਖੰਡਣਾ ਕਰ ਮਥਾ ਟੇਕਦਾ ਨਕਮਸਤਕ ਹੁੰਨਾ ਗੁਰੂ ਦੇ ਚਰਨਾਂ ਤੇ ਆਣਾ ਗੁਰੂ ਕੋਲ ਆਣਾ ਉਹ ਸਮਾ ਗੁਰੂ ਦੇ ਲੇਖੇ ਲਾਹੌਰ ਚਿਤਵਣੀਆਂ ਚ ਨਾ ਲਾ ਇਹ ਪਖੰਡਣਾ ਕਰਕੇ ਮੈਂ ਗੁਰੂ ਕੋਲ ਆਉਣਾ ਗੁਰੂ ਨੂੰ ਨਮਸਕਾਰ ਕਰਦਾ ਬਾਣੀ ਪੜਦਾ ਇਹ ਆਪ ਮਨਸਫ ਬਣ ਕੇ ਸੋਚ ਕਿ ਸੱਚ ਮੁੱਚੀ ਮੈਂ ਬਾਣੀ ਪੜੀਏ ਮਨ ਕਿਦੇ ਇੱਧਰ ਉੱਧਰ ਤਾਂ ਨਹੀਂ ਭਟ ਗਿਆ ਸੱਚੀ ਮੁੱਚੀ ਮੈਂ ਸੰਗਤ ਵਿੱਚ ਹੀ ਰਿਹਾ ਕਿ ਮਨ ਮੇਰਾ ਆਲੇ ਉਦਾਲੇ ਵੀ ਰਿਹਾ ਇਹ ਪਖੰਡ ਨੇ ਜੋ ਦਿਸ ਰਹੇ ਆ ਦਿਸ ਰਹੇ ਆ ਸੰਗਤ ਵਿੱਚ ਬੈਠੇ ਪਰ ਵਾਸਤਵ ਅੰਦਰ ਸੰਗਤ ਵਿੱਚ ਹੈ ਨਹੀਂ ਆਪਾਂ ਕੋਈ ਘਰੇ ਆ ਕੋਈ ਕਾਰੋਬਾਰ ਤੇ ਆ ਕੋਈ ਕੰਮ ਧੰਦੇ 'ਚ ਕੋਈ ਕਿਤੇ ਫਿਰਦਾ ਕੋਈ ਕਿਤੇ ਫਿਰਦਾ ਇਹ ਹੀ ਆ ਅੰਦਰ ਹੋਰ ਬਾਹਰੋਂ ਹੋਰ ਜੋ ਹੈ ਜੋ ਦਿਸ ਰਿਹਾ ਉਹ ਹੈ ਨਹੀਂ ਤੇ ਜੋ ਹੈ ਮਨ ਕੇ ਦੇ ਕਾਰੋਬਾਰ ਚ ਫੇ ਗੁਲਤਾਨ ਹੋਇਆ ਉਹ ਦਿਸ ਨਹੀਂ ਰਿਹਾ ਇਹੀ ਪਖੰਡੇ ਇਹੀ ਪਖੰਡੇ ਹੁਣ ਮਹਾਰਾਜ ਸਾਨੂੰ ਸੂਝ ਬਖਸ਼ ਰਹੇ ਨੇ ਕਰਮ ਧਰਮ ਪਖੰਡ ਜੋ ਦਿਸੈ ਮਹਾਰਾਜ ਕਹਿੰਦੇ ਧਰਮ ਦੇ ਨਾਂ ਤੇ ਕੀਤੇ ਜਾਣ ਵਾਲੇ ਕਰਮ ਉਹਨਾਂ ਵਿੱਚ ਮਨ ਨਹੀਂ ਮਨ ਨਹੀਂ ਕਰਦਾ ਗੁਰਦੁਆਰੇ ਦਾਨ ਨੂੰ ਮਨ ਨਹੀਂ ਕਰਦਾ ਧਾਰਮਿਕ ਲੈਬਾਸ ਪੈਣ ਨੂੰ ਮਨ ਨਹੀਂ ਕਰਦਾ ਨਿਤਨੇਮ ਕਰਨ ਨੂੰ ਮਨ ਨਹੀਂ ਕਰਦਾ ਬਾਣੀ ਪੜਨ ਨੂੰ ਬਦੋ ਬਦੀ ਤਕ ਕੋਰ ਦੀ ਕਿਸੇ ਦਾ ਆ ਗਿਆ ਭਈ ਮਾਂ ਬਾਪ ਬਹੁਤਾ ਖਿਹੜਾ ਕਰਦੇ ਬਾਣੀ ਪੜਨੀ ਪੈਣੀ ਮੈਨੂੰ ਲੋਕ ਕੀ ਕਹਿਣਗੇ ਗੁਰਦੁਆਰੇ ਜਾਣਾ ਹੀ ਪੈਣਾ ਹੈ ਅਰ ਫੁਲਾਣੇ ਦੇ ਅੰਤਮ ਅਰਦਾਸ ਉੱਤੇ ਜਾਣਾ ਪੈਣਾ ਵੇਖਿਆ ਜੇ ਅੰਤਮ ਅਰਦਾਸ ਚ ਕਈ ਆਉਂਦੇ ਆ ਨਾ ਤੇ ਕਈ ਤਾਂ ਮੱਥਾ ਹੀ ਨਹੀਂ ਟੇਕਦੇ ਕਿਉਂਕਿ ਉਹਨਾਂ ਨੇ ਮਨ ਚ ਹੀ ਹੋਰ ਏ ਤੇ ਕਈਆਂ ਕਈ ਹੁੰਦੇ ਨਿਸ਼ਰਦ ਕੇ ਉਹ ਦੇਖਾ ਦਿਖਾਵੀ ਸਿਰ ਜਿਆ ਝੁਕਾ ਦੰਦੇ ਹੁਣ ਮਨ ਹੋਰ ਤੇ ਮੁਖ ਬਾਹਰ ਉਹ ਦਿਖਾਵਾ ਹੋਰ ਕਰਮ ਜਿੰਨੇ ਕਰਦਾ ਹੈ ਦਿਖਾਵੇ ਦੇ ਲੋਕ ਵੇਖਣਗੇ ਪਰ ਸੰਨ ਹੋਣਗੇ ਧਰਮ ਦੇ ਨਾਂ ਤੇ ਕਹਿੰਦੇ ਪਖੰਡੇ ਇਹ ਦੂਰ ਲੈ ਜਾਣ ਵਾਲਾ ਪਰਮਾਤਮਾ ਤੋਂ ਪਰਮਾਤਮਾ ਦੇ ਨਾਲ ਨਹੀਂ ਜੋੜਨ ਵਾਲਾ ਜੋ ਦਿਸਦਾ ਦਿਖਾਈ ਦਿੰਦਾ ਉਹ ਹੈ ਨਹੀਂ ਤੇ ਜੋ ਹੈ ਉਹ ਦਿਖਾਈ ਨਹੀਂ ਦਿੰਦਾ ਮਹਾਰਾਜ ਕਹਿੰਦੇ ਦਿਖਾਵੇ ਦਾਏ ਕੀਤੇ ਜਾਣ ਵਾਲੇ ਕਰਮ ਹੈ ਤਾਂ ਚੰਗੇ ਹੈ ਤਾਂ ਚੰਗੇ ਪਾਸੇ ਜੋੜੇ ਛਾੜਦਾ ਔਰ ਝਾੜੂ ਲਾਉਂਦਾ ਬਣੀ ਪੜਦਾ ਕਥਾ ਕਰਦਾ ਕੀਰਤਨ ਕਰਦਾ ਪਰ ਕਰਦਾ ਲੋਕ ਦਿਖਾਵੇ ਲਈ ਮਨ ਕਰਕੇ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਝਾੜੂ ਨਹੀਂ ਮਾਰਨਾ ਜੋੜੇ ਨਹੀਂ ਛਾੜਨੇ ਬਰਤਨ ਨਹੀਂ ਮੰਦਨੇ ਗੁਰਦੁਆਰੇ ਮੰਦਰ ਮਸਜਦ ਨਹੀਂ ਹੁਣ ਨਹੀਂ ਮਨ ਕਰਕੇ ਕਰਨਾ ਹੈ ਇਹ ਨਹੀਂ ਮਨ ਚ ਆਚਾ ਰੱਖਣੀ ਲੋਕ ਵੇਖਣਗੇ ਕਹਿਣਗੇ ਬੜਾ ਵੱਡਾ ਸੇਵਾਦਾਰ ਹੈ ਇਸ ਲਈ ਨਹੀਂ ਉਹ ਪਖੰਡ ਬਣ ਜਾਏਗਾ ਦਿਖਾਵਾ ਬਣ ਜਾਏਗਾ ਜੀ ਦਾ ਮਤਲਬ ਹੀ ਕੋਈ ਨਹੀਂ ਰਹਿ ਦਾਣਾ ਮਹਾਰਾਜ ਕਹਿੰਦੇ ਦਿਖਾਵੇ ਦੇ ਕੀਤੇ ਕਰਮ ਮਨ ਤਾਂ ਮੰਨ ਦਾ ਨਹੀਂ ਦਿਖਾਵੇ ਦਾ ਅਪਣਾਇਆ ਧਰਮ ਕਿ ਮੈਂ ਬੜਾ ਵੱਡਾ ਧਰਮੀ ਕਹੀ ਨਾ ਆਪਣੇ ਮੂੰਹ ਹੀ ਕਹੀ ਜਾਣਗੇ ਮੈਂ ਦੀ ਬੜਾ ਵੱਡਾ ਧਰਮੀ ਦੀ ਸਾਡੇ ਵੱਡਿਆਂ ਨੇ ਆਇ ਕੀਤਾ ਜੀ ਫੁਲਾਣੇ ਬਈ ਤੂੰ ਕੀ ਕੀਤਾ ਤੂੰ ਕੀ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਤੇ ਆਪੇ ਹੀ ਖਾਓ ਔਰ ਮਹਾਰਾਜ ਤਾਂ ਕਹਿੰਦੇ ਵੀ ਦੂਜੇ ਦਾ ਦੂਜੇ ਨੂੰ ਮਿਲਦਾ ਨਹੀਂ ਤੇ ਤੂੰ ਉਹਨਾਂ ਦੀਆਂ ਡਿੰਗਾ ਮਾਰ ਕੇ ਹੰਕਾਰ ਕਰੀਦਾ ਨਾ ਆਪ ਕਰਦਾ ਖੁਦ ਨਹੀਂ ਤੂੰ ਕੀ ਕਰਦਾ ਇਹ ਵੇਖ ਤੂੰ ਕੀ ਕੀਤਾ ਔਰ ਤੂੰ ਕੀ ਕਰ ਰਿਹਾ ਤੇ ਕਹੀ ਕਹਿਣਗੇ ਜੀ ਸਾਨੂੰ ਸਾਡੇ ਵੱਡਿਆਂ ਤੇ ਫਕਰ ਫਕਰ ਨਾਲ ਸਾਡਾ ਸਿਰ ਉੱਚਾ ਹੋ ਜਾਂਦਾ ਹੈ ਕਿਉਂ ਉਹਨਾਂ ਨੇ ਬਹੁਤ ਕੁਝ ਕੀਤਾ ਬਹੁਤ ਕੁਝ ਕੀਤਾ ਤੇ ਕਈ ਵੇਰੇ ਕਹਿਣਾ ਪੈਂਦਾ ਵੀ ਤੁਹਾਡੇ ਵੱਡੇ ਜਿਹੜੇ ਨੇ ਉਹਨਾਂ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਜਦੋਂ ਤੇਰੀ ਕਰਨੀ ਨੂੰ ਵੇਖਦੇ ਉਹਨਾਂ ਦੀ ਕਰਨੀ ਨਾਲ ਤੇਰਾ ਸਿਰ ਉੱਚਾ ਹੋ ਜਾਂਦਾ ਤੇਰੇ ਜੀਵਨ ਦੀ ਕਰਨੀ ਨਾਲ ਉਹਨਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਇਹਦੇ ਪੱਲੇ ਕੁਝ ਨਹੀਂ ਦਿਖਾਵਾ ਕਰਦਾ ਪਖੰਡ ਜੋ ਦਿਸਦਾ ਦਿਖਾਵੇ ਦਾ ਧਰਮ ਦਿਖਾਵੇ ਦਾ ਕਰਦਾ ਹੈ ਮਹਾਰਾਜ ਕਹਿੰਦੇ ਤਿੰਨ ਉਹਨਾ ਕਰਮਾਂ ਨੂੰ ਉਹਨਾ ਧਰਮੀਆਂ ਨੂੰ ਜਮ ਜਾਗਤੀ ਲੂਟੇ ਜਿਹੜੇ ਜਾਵੇਂ ਉਹਨਾਂ ਨੇ ਜਾਗਾਤ ਕਾਇਏ ਵਸੂਲੀਏ ਟੈਕਸ ਵਿੱਚ ਰਸਤੇ ਵਿੱਚ ਲੁੱਟ ਪੁੱਟ ਲੈਣਾ ਤੇਰੇ ਨਾਲ ਅੱਗੇ ਕੁਝ ਨਹੀਂ ਜਾਣਾ ਦਿਖਾਵਾ ਜਿਸ ਤਰ੍ਹਾਂ ਸਰੀਰ ਦਾ ਪਹਿਰਾਵਾ ਇੱਥੇ ਸਰੀਰ ਰਹਿ ਦਾਣਾ ਅੱਗੇ ਨਹੀਂ ਜਾਣਾ ਐਉਂ ਕੀਤੇ ਕਰਮ ਦਿਖਾਵੇ ਦੇ ਉਹ ਦੁਨੀਆ ਵਿੱਚ ਰਹਿ ਜਾਣੇ ਮਾਲਕ ਤੱਕ ਨਹੀਂ ਜਾਣੇ ਮਾਲਕ ਤੱਕ ਉਹ ਜਾਣੇ ਜਿਹੜੇ ਮਾਲਕ ਲਈ ਕੀਤੇ ਦੁਨੀਆ ਲਈ ਕੀਤੇ ਦੁਨੀਆ ਦੇ ਦਿਖਾਵੇ ਲਈ ਕੀਤੇ ਉਹ ਦੁਨੀਆ ਵਿੱਚ ਰਹਿ ਜਾਣੇ ਨੇ ਜੋ ਕੁਝ ਦਾਤੇ ਲਈ ਕੀਤਾ ਅੰਦਰੋਂ ਜਾਣ ਕੇ ਉਹ ਦਾਤੇ ਤੱਕ ਜਾਵੇਗਾ ਨਹੀਂ ਤੇ ਪਖੰਡ ਬਣ ਜਾਵੇਗਾ ਮਹਾਰਾਜ ਕਹਿੰਦੇ ਆ ਪਖੰਡ ਧਰਮ ਪ੍ਰੀਤ ਨਹੀਂ ਹਰ ਸੋ ਪਖੰਡ ਕੀਤਾ ਦਖਾਵੇ ਦਾ ਤੇ ਧਰਮ ਦੇ ਲਿਬਾਸ ਅੰਦਰ ਧਰਮ ਦੇ ਵਿੱਚ ਲਪੇਟ ਲਵੇਟ ਕੇ ਮਹਾਰਾਜ ਕਹਿੰਦੇ ਇਹਦੀ ਪ੍ਰੀਤੀ ਪਰਮਾਤਮਾ ਨਾਲ ਨਹੀਂ ਇਹ ਤਾਂ ਦੁਨੀਆ ਨੂੰ ਠੱਗਣ ਦਾ ਤਰੀਕਾ ਬਣਾਇਆ ਸ ਦੁਨੀਆ ਨੂੰ ਪਿੱਛੇ ਲਾਉਣ ਦਾ ਤਰੀਕਾ ਅਪਣਾਇਆ ਸ ਮਹਾਰਾਜ ਕਹਿੰਦਿਆ ਗੁਰ ਸ਼ਬਦ ਮਹਾਰਸ ਪਾਇਆ ਕਦੋਂ ਧਰਮੀ ਬੰਦਾ ਹੈ ਜਦੋਂ ਗੁਰੂ ਦੇ ਸ਼ਬਦ ਦਾ ਮਹਾਰਸ ਚੱਖਿਆ ਆਨੰਦ ਮਾਣਿਆ ਅੰਤਰਾਤਮੇ ਤੇ ਜਿਹਦੇ ਕੋਲ ਕੁਝ ਹੁੰਦਾ ਹੈ ਨਾ ਉਹ ਕਹਿੰਦਾ ਮੇਰੇ ਕੋਲ ਕੁਝ ਨਹੀਂ ਕਿਉਂਕਿ ਉਹਨੂੰ ਪਤਾ ਮੇਰਾ ਨਹੀਂ ਇਹ ਰੱਬ ਦਾ ਹੈ ਤੇ ਜਿਹੜਾ ਮੇਰੇ ਵਰਗੇ ਦੇ ਪੱਲੇ ਕੱਖ ਨਹੀਂ ਹੁੰਦਾ ਉਹ ਕਹੇਗਾ ਸਾਰਾ ਕੁਝ ਮੇਰੇ ਕੋਲ ਹੀ ਹੈ ਜਿਹੜਾ ਆਖੇ ਨਾ ਮੇਰੇ ਕੋਲ ਬੜੀ ਜਾਣਕਾਰੀ ਔਰ ਮੇਰੇ ਕੋਲ ਰੱਬ ਦੀ ਬੜੀ ਰਿਹਦੀ ਸਿੱਧੀ ਉਹਦੇ ਸਮਝੋ ਪੱਲੇ ਕੁਝ ਨਹੀਂ ਹੈ ਜਿਹੜਾ ਕਹਿੰਦਾ ਨੇ ਕੁਝ ਨਹੀਂ ਮੇਰੇ ਕੋਲ ਗੁਰੂ ਤੋਂ ਲਓ ਗੁਰੂ ਨਾਲ ਜੁੜੋ ਸਮਝੋ ਇਸ ਗੁਰ ਸਿੱਖ ਤੇ ਗੁਰੂ ਦੀ ਕਿਰਪਾ ਹੈ ਇਹਦੇ ਤੇ ਗੁਰੂ ਦੀ ਕਿਰਪਾ ਹੈ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਉਹਦੇ ਨਾਲ ਜੁੜ ਹਰ ਬਿਨਾ ਅਵਰ ਕਿਰਿਆ ਬਿਰਥੇ ਹਰੀ ਪਰਮਾਤਮਾ ਤੋਂ ਬਗੈਰ ਹੋਰ ਜਿੰਨੀਆਂ ਕਿਰਿਆਵਾਂ ਨੇ ਜੋ ਕੁਝ ਕਰਨਾ ਸਭ ਵਿਅਰਥ ਨੇ ਜਪ ਤਪ ਸੰਜਮ ਕਰਮ ਕਮਾਣੇ ਇਹ ਔਰੇ ਮੂਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਜਪ ਤਪ ਕਰਮ ਕਮਾਉਣੇ ਨੇ ਮਹਾਰਾਜ ਤੋਂ ਆਕਾਲ ਤੋਂ ਨਿਰਗੁਣ ਤੋਂ ਜੁੜੇ ਤੋਂ ਬਗੈਰ ਔਰੇ ਔਰੇ ਲੁੱਟੇ ਪੁੱਟੇ ਜਾਣੇ ਨੇ ਪੱਲੇ ਤੇਰੇ ਕੁਝ ਨਹੀਂ ਪਹਿਣਾ ਮਹਾਰਾਜ ਕਹਿੰਦੇ ਅਵਰ ਕਰ ਤੂ ਤ ਸਗਲੀ ਜਮਡਾਨੈ ਅਵਰ ਹੋਰ ਪਰਮਾਤਮਾ ਨੂੰ ਛੱਡ ਕੇ ਜਿਹੜੇ ਪਖੰਡ ਕਰਦਾ ਹੈ ਕਹਿੰਦੇ ਉਹ ਸਾਰੇ ਜਮਾ ਨੇ ਵੇਖ ਕੇ ਨਾ ਤੇਰੇ ਅੰਦਰ ਨੂੰ ਤੇ ਤੈਨੂੰ ਦੰਨ ਦੇਣਾ ਹੈ ਤੈਨੂੰ ਦੰਡਿਤ ਕਰਨਾ ਹੈ ਅਵਰ ਕਰ ਤੂਤ सगली ਜਮਦਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ ਜੇ ਤੇਰੇ ਪੱਲੇ ਪੱਲੇ ਗੋਬਿੰਦ ਦਾ ਭਜਨ ਨਾ ਹੋਇਆ ਪਰਮਾਤਮਾ ਦੀ ਆਵਾਦਤ ਭਗਤੀ ਨਾ ਹੋਈ ਇੱਕ ਤਿਲ ਮਾਤਰ ਵੀ ਉਹਨਾਂ ਤੇਰੇ ਤੇ ਰਹਿਮ ਨਹੀਂ ਹੋ ਕਰਨੀ ਤੇ ਤਿਲ ਜਿੰਨਾ ਵੀ ਤੇਰੇ ਤੇ ਪ੍ਰਭੂ ਨੇ ਤਰਸ ਨਹੀਂ ਹੋ ਕਰਨਾ ਜੇ ਗੋਬਿੰਦ ਦਾ ਭਜਨ ਨਹੀਂ ਮਾਲਕ ਦਾ ਭਜਨ ਨਹੀਂ ਮਹਾਰਾਜ ਸੱਚੀ ਪਰਸ਼ਾ ਫਿਰ ਕੀ ਕਰੀਏ ਮਹਾਰਾਜ ਕਹਿੰਦੇ ਨਿਰਵਾਨ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਮਹਾਰਾਜ ਸੱਚੀ ਸਰਕਾਰ ਕਹਿੰਦੇ ਉਹ ਪ੍ਰਭੂ ਦਾ ਕੀਰਤਨ ਕਰ ਇੱਕ ਰਸ ਨਿਰਬਾਨ ਇੱਕ ਰਸ ਔਰ ਅੰਦਰ ਤੇਰੇ ਰਸ ਆਵੇ ਔਰ ਉਹ ਤੇਰੀ ਆਦਤ ਬਨ ਜਾਵੇ ਰਸ ਨੂੰ ਚੱਖਣ ਵਾਲੀ ਮੰਨਣ ਵਾਲੀ ਤੇ ਕੀਰਤਨੇ ਨਹੀਂ ਕੇ ਭਈਆ ਸਾਨੂੰ ਧੁਨ ਵਜਾਉਣਾ ਨਹੀਂ ਆਉਂਦਾ ਕੀਰਤਨ ਭਗਤੀ ਆ ਉਹਦੀ ਕੀਰਤੀ ਕਰਨੀ ਅੰਦਰੋਂ ਆਨੰਦ ਲੈਣਾ ਜਿਵੇਂ ਇਹਦੇ ਚੋਂ ਧੋਣਿਆ ਨਾ ਤੇ ਜਿਹੜੇ ਜਪਣ ਵਾਲੇ ਅਭਿਆਸੀ ਗੁਰਮਖ ਨੇ ਉਹਨਾਂ ਨੂੰ ਪਤਾ ਅੰਦਰ ਵੀ ਇੱਕ ਧੁਨ ਪੈਦਾ ਹੁੰਦੀ ਹੈ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਕਰੋ ਤੇ ਚੁੱਪ ਕਰ ਦਿਓ ਤੁਹਾਡੇ ਅੰਦਰੋਂ ਹੀ ਇੱਕ ਧੁਨ ਆਵਾਜ਼ ਉੱਠੇਗੀ ਤੇ ਜਿਹੜੀ ਅੰਦਰੋਂ ਆਵਾਜ਼ ਸੁਣਾਈ ਦੇਵੇਗੀ ਉਹ 2 ਮਿੰਟ ਦੇਵੇ 100 ਮਿੰਟ ਦੇਵੇ ਆਪਣਾ ਆਪਣਾ ਅਭਿਆਸ ਹੈ ਉਹ ਆਨੰਦਮਈ ਹੁੰਦੀ ਹੈ ਉਹ ਜਿਹੜੀ ਆਪਣੇ ਆਪ ਅੰਦਰੋਂ ਧੁਨ ਸੁਣਾਈ ਦੇਵੇਗੀ ਦੋ ਵਾਰ ਦੇਵੇ ਚ 100 ਵਾਰ ਸੁਣਾਈ ਦੇਵੇ ਉਸੇ ਧੁਨ ਵਿੱਚ ਧਿਆਨ ਟਿਕਾਉਣਾ ਹੈ ਧਿਆਨ ਉਖੜ ਗਿਆ ਤੇ ਕੁਝ ਨਹੀਂ ਕੋਈ ਬੰਦਾ ਨਾ ਗੱਲ ਕਰ ਰਿਆ ਹੋਵੇ ਦੋ ਬੰਦੇ ਖੜੇ ਹੋਣ ਤੇ ਕੋਲ ਖਲਾ ਹੋਇਆ ਕਹਿੰਦਾ ਵੀ ਕੀ ਗੱਲ ਕਰ ਰਹੇ ਸੀ ਮੇਰੇ ਨਾਲ ਵੀ ਇੱਕ ਦੋ ਵਾਰੀ ਐਸਾ ਹੋਇਆ ਕਿ ਗਿਆਨੀ ਜੀ ਕੀ ਗੱਲ ਕਰ ਰਹੇ ਸੀ ਮੈਂ ਮੱਥੇ ਨੂੰ ਹੱਥ ਮਾਰਿਆ ਬਈ ਮੈਂ 15 ਮਿੰਟ ਲਾਇਆ ਤੈਨੂੰ ਪਤਾ ਹੀ ਨਹੀਂ ਲੱਗਿਆ ਕਹਿੰਦਾ ਨਹੀਂ ਮੇਰਾ ਧਿਆਨ ਨਹੀਂ ਸੀ ਇੱਧਰ ਉਹ ਪਰੇ ਨਾ ਕੋਈ ਕੁਝ ਕਰ ਰਿਆ ਸੀ ਮੇਰਾ ਇੱਥੋਂ ਧਿਆਨ ਉਹਨਾਂ ਵੱਲੇ ਸੀ ਬਾਲ ਕੇ ਖੇਡ ਰਏ ਸੀ ਜੇ ਧਿਆਨ ਨਹੀਂ ਤੇ ਕੋਲ ਖੜਾ ਹੀ ਕੋਈ ਲੈਕਚਰ ਦੇਵੇ ਕੋਈ ਗੱਲਾਂ ਕਰੇ ਪਤਾ ਨਹੀਂ ਲੱਗਦਾ ਤੇ ਅੰਦਰੋਂ ਧੁੰਨ ਦਾ ਵੀ ਪਤਾ ਨਹੀਂ ਲੱਗਦਾ ਜੇ ਤੁਹਾਡਾ ਧਿਆਨ ਇਕਾਗਰਤ ਨਹੀਂ ਹੋਇਆ ਧਿਆਨ ਦੇਣਾ ਧਿਆਨ ਟਿਕਾਉਣਾ ਹੈ ਕਿੱਥੇ ਟਿਕਾਉਣਾ ਹੈ ਉਹ ਧੁੰਨ ਆਵਾਜ਼ ਤੇ ਉੱਥੇ ਟਿਕਾਉਣਾ ਤੇ ਇਹ ਗੁਰੂ ਗ੍ਰੰਥ ਸਾਹਿਬਹਾਰਾਜ ਕਹਿੰਦੇ ਮੈਂ ਕਿਸੇ ਦੀ ਗੱਲ ਨੂੰ ਕੋਈ ਕੱਟਦਾ ਨਹੀਂ ਤੁਹਾਨੂੰ ਰਸਤਾ ਦੱਸਣ ਵਾਲੇ بڑے ਗੁਰਸਿੱਖ ਨੇ ਦੱਸੇਗਾ ਉਹ ਜਿਹੜੇ ਰਸਤੇ ਉਹ ਗਿਆ ਤੁਰਿਆ ਜਿੰਨੋਂ ਇਹ ਪਤਾ ਹੈ ਬਈ ਗੁੰਦਾਰਿਆਂ ਦੇ ਮਹੱਲੇ ਚੋਂ ਇਧਰ ਨੂੰ ਗਲੀ ਆਉਂਦੀ ਗੁਰਦੁਆਰੇ ਨੂੰ ਇਹ ਹੀ ਦੱਸੇਗਾ ਨਾ ਤੇ ਜਿਹਨੂੰ ਪਤਾ ਵੀ ਇੱਕ ਰਸਤਾ ਬਾਜ਼ਾਰ ਵੱਲੋਂ ਆਉਂਦਾ ਉਹ ਦੱਸੇਗਾ ਜਿਹੜੇ ਰਸਤੇ ਕਿਸੇ ਨੂੰ ਮਿਲਿਆ ਜਿਹੜੇ ਰਸਤੇ ਕੋਈ ਤੁਰਿਆ ਹੈ ਨਾ ਉਹ ਰਸਤਾ ਉਹ ਦੂਜੇ ਨੂੰ ਦੱਸਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਸਜਣਾ ਕਿਤੇ ਤੂੰ ਆਪ ਹੀ ਇਕਾਗਰਤਾ ਬਣਾਵੇਂ ਨਾ ਤੇ ਤੈਨੂੰ ਗੁਰੂ ਬੋਲ ਬੋਲ ਕੇ ਦੱਸਦੇ ਨੇ ਬਾਹਰੋਂ ਵਾਹਿਗੁਰੂ ਵਾਹਿਗੁਰੂ ਕਰਦਾ ਚੁੱਪ ਕਰਦਾ ਵਾਹਿਗੁਰੂ ਟਕਾਉ ਆ ਖੰਡਾਉ ਨਹੀਂ ਹੈ ਖੰਡਾਉ ਨਹੀਂ ਕਈ ਪਖੰਡ ਕਰਨ ਲੱਗ ਪੈਂਦੇ ਨੇ ਇਧਰ ਨੂੰ ਛਾਲ ਮਾਰ ਇਧਰ ਨੂੰ ਡੇਗ ਇਧਰ ਨਹੀਂ ਵਾਹਿਗੁਰੂ ਇਕਾਗਰਤਾ ਹੈ ਜਿਵੇਂ ਜਿਵੇਂ ਟਿਕਾਉ ਆਵੇਗਾ ਸਰੀਰਕ ਤੌਰ ਤੇ ਵੀ ਅੰਦਰੋਂ ਵੀ ਇੰਦ੍ਰੇ ਵੀ ਟਿਕਣਗੇ ਸੁਰਤ ਵੀ ਟਿਕੇਗੀ ਮਨ ਵੀ ਟਿਕੇਗਾ ਔਰ ਫੁਰਨੇ ਵੀ ਟਿਕਣਗੇ ਸੰਕਲਪ ਵੀ ਟਿਕਣਗੇ ਵਾਹਿਗੁਰੂ ਟਿਕਾਉ ਆ ਖੰਡਾਉ ਨਹੀਂ ਹੈ ਮਹਾਰਾਜ ਕਹਿੰਦੇ ਹਰ ਇੱਕ ਬਲੋਬਣਾ ਬਲੋਵੋ ਮੇਰੇ ਭਾਈ ਸਹਿਜ ਬਲੋਵੋ ਜੈਸੇ ਤਤ ਨਾ ਜਾਈ ਐਨ ਐਸਤਾ ਐਸਤਾ ਅਰ ਉਹਦੇ ਗੁਣ ਗਾ ਮਹਾਰਾਜ ਕਹਿੰਦੇ ਧੁਨ ਮੈਂ ਧਿਆਨ ਜਿਹੜੀ ਧੁਨ ਅੰਦਰੋਂ ਸੁਣਾਈ ਦਿੰਦੀ ਨਾ ਉਹਦੇ ਤੇ ਧਿਆਨ ਆਕਾਗਰਤ ਕਰ ਆਕਾਗਰਤ ਕੀ ਕਰਨਾ ਉਹਨੂੰ ਬਾਰ ਬਾਰ ਸੁਣਨਾ ਤੇਰਾ ਧਿਆਨ ਪਾਸੇ ਜਾਂਦਾ